फाजिल का संदीप और जैस्मिन संदीप कौर तरन तारण जैस्मिन कौर फाजिल का कोशिश चल रही है टंग मारने की कोशिश की थी लेकिन नीली कासिम भाई ने काउंटर करके उन्होंने अपने कंट्रोल किए ने दो अंक अपने खाते के जमा कराए दर्शकों के लिए भी जरूरी सूचना एक गेट के लागे लंगर चल रहा है एक कोई भी दर्शक जिस वेले भुख लगती है या भुख महसूस होंगी है जाके अपना लंगर के खाना छक सकते तो बाकी प्लेयर का भी यही हाल है कि प्लेयर तो अजे तो नहीं खा होना तो जिस वेले प्लेयर भी रेस्ट मिलती है अपना माड़ा मोटा जो खाना चाहते वह खा सकते हैं ये मैनू इनफॉर्मेशन शेर सिंह जी ने लो भी कोशिश पॉइंट स्कोर कर दो नहीं लो जी पिछे आके कंट्रोल पूरा किया दो अंक 04 का स्कोर जीरो 04 संदीप कौर जैस्मिन कौर कुश्ती चल रही है मेरे ख्याल जैस्मिन कौर पॉइंट लो जी दोनों के चार करके वो आ जरा टैक्निक किसी लड़की ने ये डायरेक्ट डेंजर टाइसिस स्टैंडिंग पोजिशन तो सो इस वेले चार पॉइंट दिते जाते हैं हम दोनों के चार जा रहे हैं फिंगर ओपन भी कुछ भी जब तुम मैच से चले चलने हैं तो मैच से एक्टिव रहो सेना से जोड़ के खाना नहीं वो पनिश भी किया जा सकता हाँ सिर लाना भी मना है सिर जो कुछ ला रही थी लो भाई वेरी गुड बहुत ही बढ़िया सिर पैदा हो रहा क्योंकि थिल जिला है पप्पा हेलो 3 मिनट लाने ना टाइम 3 मिनट दूजे हाँ जी सर 4-6 हो गए 4-6 बहुत ही बढ़िया कुश्ती कला का प्रदर्शन ते दो अंक होर लाल कसले खाते दे विच मेरा 6-6 हो गया 6-6 हो गए 6-6 ते पारंदा चल दी कोशिश सी लेकिन ए लो जी 6-6 का स्कोर बराबर ओए बैठिक रे
ਕੁਸ਼ਤੀ ਕਲਾ ਦਾ ਪ੍ਰਦਰਸ਼ਨ ਲੜਕੀਆਂ ਅੱਜ ਸਾਰੀ ਦੁਨੀਆ ਦੇ ਵਿੱਚ ਜੂਝ ਰਹੀਆਂ ਆ ਤੇ ਥੋੜੇ ਦਿਨਾਂ ਬਾਅਦ ਤੁਸੀਂ ਦੇਖੋਗੇ ਇੰਡੀਆ ਦੀ ਕਵਰੇਜ ਦੇ ਵਿੱਚ ਕਾਫੀ ਲੜਕੀਆਂ ਜਿਹੜੀਆਂ ਇਲੈਕਟ੍ਰਿਕ ਚੈਂਪੀਅਨ ਆ ਉਹ ਵੀ ਆ ਰਹੀਆਂ ਇੱਕ ਲੜਕੀ ਹੈਲਨ ਮੌਰਲਿਕ ਉਹ ਦੁਨੀਆ ਦੀ ਬਿਹਤਰੀਨ ਰੈਸਲਰ ਡਿਕਲੇਅਰ ਹੋਈ ਸੀ ਇਸ ਵਰਲਡ ਚੈਂਪੀਅਨਸ਼ਿਪ ਦੇ ਵਿੱਚ ਤੇ ਉਸਨੇ ਉਸ ਲੜਕੀ ਨੂੰ ਹਰਾਇਆ ਜਿਹੜੀ ਚਾਰ ਓਲੰਪਿਕਾਂ 6 ਏਸ਼ੀਅਨ ਗੇਮਸ ਤੇ 13 ਵਾਰ ਵਰਲਡ ਚੈਂਪੀਅਨ ਜਿਹਨੂੰ ਹਰਾਇਆ ਉਹ ਵੀ ਤੁਸੀਂ ਟੀਵੀ ਦੇਖੋਗੇ ਤੇ ਸਾਡੇ ਇੰਡੀਅਨ ਲੜਕੀਆਂ ਸਾਕਸ਼ੀ ਮਾਲਿਕ 2016 ਦੇ ਵਿੱਚ ਮਰਦਾਂ ਨਾਲੋਂ ਲੜਕੀਆਂ ਦਾ ਪ੍ਰਦਰਸ਼ਨ ਜਿਹੜਾ ਆ ਔਨ ਦੀ ਹੋਲ ਬਹੁਤ ਬੈਟਰ ਸੀ ਜੋ ਸਾਡੇ ਓਲੰਪਿਕ ਚ ਇਸ ਵਾਰ 2 ਮੈਡਲ ਆਏ ਸੀ ਦੋਏ ਮੈਡਲ ਲੜਕੀਆਂ ਦੇ ਸੀ ਉਹਨਾਂ ਚੋਂ ਇੱਕ ਰੈਸਲਿੰਗ ਦਾ ਸੀ ਸਾਕਸ਼ੀ ਮਾਲਿਕ ਦਾ ਸਿਰਫ ਮਹਿਰਵਾਨ ਕਰਤਾਰ ਸਿੰਘ ਦਾ ਜਿਸ ਵੇਲੇ ਟੀਮ ਸਾਡੇ ਇੰਡੀਆ ਪਹੁੰਚੀ ਰਾਜੀਵ ਗਾਂਧੀ ਉਸ ਵੇਲੇ ਸਵੇਰ ਦੇ ਪ੍ਰਧਾਨ ਮੰਤਰੀ ਉਹਨੇ ਕਰਤਾਰ ਨੂੰ ਲਾ ਕੇ ਕਹੇ ਸੀ ਕਰਤਾਰ ਤੂੰ ਨੇ ਮਰਦੋਂ ਕੀ ਦਾਜ ਰੱਖ ਦੀ ਲਓ ਜੀ 8 ਵਾਰਾਂ ਦਾ ਸਕੋਰ 8 ਵਾਰਾਂ ਦਾ ਸਕੋਰ 1 ਫੋਰ ਰੈਡ ਐਂਡ 12 ਫੋਰ ਬਲੂ ਬਹੁਤ ਹੀ ਵਧੀਆ ਕੁਸ਼ਤੀ ਕਰਨ ਦਾ ਤੁਹਾਡੇ ਸਾਹਮਣੇ ਦੋਨੋਂ ਲੜਕੀਆਂ ਦੀ ਅਜੇ ਟ੍ਰੇਨਿੰਗ ਇੱਥੇ ਥੋੜ੍ਹੀ ਘੱਟ ਲੱਗਦੀ ਹੈ ਤਿੰਨ ਸਾਲ ਦੇ ਬੱਚੀ ਜਾਂ ਬੱਚਾ ਮੈਂ ਤੇ ਟ੍ਰੇਨ ਕਰ ਲੈਂਦੇ ਆ ਉਹਨਾਂ ਨੂੰ ਕਾਫੀ ਵਧੀਆ ਮੂਵਸ ਆ ਜਾਂਦੀਆਂ ਜਿਹੜੀਆਂ ਕੰਪਲੈਕਸ ਮੂਵਸ ਆ ਉਹ ਵੀ ਸਿੱਖ ਜਾਂਦੇ ਆ ਬੱਚੇ ਦਿਮਾਗ ਤੇ ਜ਼ਿਆਦਾ ਬਰਡਨ ਪੈਂਦਾ ਅੱਜ ਦਾ ਸਮਾਂ ਇੱਦਾਂ ਦਾ ਆ ਗਿਆ ਜੰਮਦੇ ਬੱਚੇ ਨੂੰ ਵੀ ਸਕੂਲਾਂ 'ਚ ਭੇਜ ਦਿੰਦੇ ਆ ਤੇ ਲੇਡੀ ਕਿੱਥੇ ਜਾ ਕੇ ਮਾਵਾਂ ਨੂੰ ਹੋਰ ਕੰਮ ਹੁੰਦੇ ਆ ਉਹ ਜਿਹੜੇ ਲੇਡੀ ਦੀ ਲੱਕੀ ਆ ਉਹ ਸਾਂਭ ਲੈਂਦੀ ਆ ਤੇ ਜਿਹੜੀ ਵੀ ਕਲਾਸ ਆ ਉਹ ਵੀ ਕਿਤੇ 2 ਸਾਲ ਤੋਂ ਸ਼ੁਰੂ ਹੋ ਜਾਂਦੀ ਲੜਕੀਆਂ ਦਾ ਜਿਹੜਾ ਕੁਛ ਇਤਿਹਾਸ ਆ ਲੜਕੀਆਂ ਦੀ ਪਹਿਲੀ ਜਿਹੜੀ ਵਰਲਡ ਚੈਂਪੀਅਨਸ਼ਿਪ ਹੋਈ ਸੀ ਉਹ 1999 ਦੇ ਵਿੱਚ ਹੋਈ ਸੀ ਉਸ ਤੋਂ ਬਾਅਦ ਹੌਲੀ ਹੌਲੀ ਇੰਡੀਆ ਦੇ ਵਿੱਚ ਇਸ ਨੇ ਪੈਰ ਪਸਾਰੇ ਤੇ ਤਕਰੀਬਨ 1993 ਦੇ ਵਿੱਚ ਸਾਡੀ ਜਿਹੜੀ ਰੈਸਲਿੰਗ ਦੀ ਚੈਂਪੀਅਨਸ਼ਿਪ ਪਹਿਲੀ ਹੋਈ ਸੀ 1995 ਦੇ ਵਿੱਚ ਹੋਈ ਸੀ ਜਿਸ ਦੇ ਵਿੱਚ ਕੁੜੀਆਂ ਜੂਡੋ ਵਾਲੀਆਂ ਨੇ ਜ਼ਿਆਦਾ ਮਾਰ ਕੇ ਮਾਰੇ ਸੀ ਤੇ ਅੱਜ ਤਕਰੀਬਨ ਹਰਿਆਣੇ ਦੇ ਵਿੱਚ ਤੁਸੀਂ ਸੰਗਲ ਦੇ ਦੇਖੀ ਹੋਣੀ ਆ ਫੋਗਟ ਸਿਸਟਰ ਲਓ ਜੀ ਕੁਸ਼ਤੀ ਦਾ ਫੈਸਲਾ ਹਾਂਜੀ ਬਲੂ ਹਾਂ ਹਾਂ ਅਭੀ ਦੇ ਨੇ ਅਭੀ ਦੇ ਨੇ ਨਾ ਅਭੀ ਦੇ ਨੇ